ਹੁਣ ਖਬਰ ਬਟਾਲਾ ਤੋਂ ਹੈ ਜਿੱਥੇ ਕਿ ਪੰਜਾਬ ਯੂਥ ਕਾਂਗਰਸ ਵੱਲੋਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਟਾਲਾ ਦੇ ਵਿੱਚ ਪੈਦਲ ਯਾਤਰਾ ਰੈਲੀ ਕੀਤੀ ਗਈ। ਇਸ ਯਾਤਰਾ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਸੂਬਾ ਸੈਕਟਰੀ ਨਿਤਿਨ ਸ਼ਰਮਾ ਨੇ ਕੀਤੀ ਹੈ। ਇਸ ਮੌਕੇ ਕਾਂਗਰਸ ਦੀ ਆਪਸੀ ਗੁੱਟਬਾਜ਼ੀ ਵੀ ਖੁੱਲ੍ਹ ਕੇ ਵੇਖਣ ਨੂੰ ਮਿਲੀ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਜਿਤਾਉਣ ਦੇ ਲਈ ਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਕੈਪਟਨ ਲਿਆਓ ਪੰਜਾਬ ਬਚਾਓ ਦਾ ਨਾਰਾ ਦਿੰਦੇ ਹੋਏ ਪੰਜਾਬ ਯੂਥ ਕਾਂਗਰਸ ਵੱਲੋਂ ਪੈਦਲ ਯਾਤਰਾ ਕੱਢੀ ਗਈ। ਇਸ ਯਾਤਰਾ ਦੀ ਅਗਵਾਈ ਕਰ ਰਹੇ ਯੂਥ ਕਾਂਗਰਸ ਦੇ ਸਕੱਤਰ ਨਿਤਿਨ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ 'ਚ ਕਾਂਗਰਸ ਸਰਕਾਰ ਬਣੇ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨ ਅਤੇ ਉਹ ਪੰਜਾਬ ਦੇ ਵਿਕਾਸ ਤੇ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਉਤਰਨ। ਉੱਥੇ ਹੀ ਯਾਤਰਾ ਦੇ ਵਿੱਚ ਕਾਂਗਰਸੀ ਨੇਤਾ ਤੇ ਬਟਾਲਾ ਦੇ ਵਿਧਾਇਕ ਅਸ਼ਵਨੀ ਸ਼ੇਖੜੀ ਤੇ ਉਹਨਾਂ ਦੇ ਸਮਰਥਕ ਯਾਤਰਾ ਦੇ ਵਿੱਚ ਸ਼ਾਮਲ ਨਹੀਂ ਹੋਏ। ਇਸ ਸਵਾਲ ਦੇ ਉੱਤੇ ਨਿਤਿਨ ਸ਼ਰਮਾ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਅਸ਼ਵਨੀ ਸ਼ੇਖੜੀ ਗੁਜਰਾਤ ਜਾਂ ਰਾਜਸਥਾਨ ਹੋਣ ਕਿਉਂਕਿ ਉਹਨਾਂ ਨੂੰ ਪਾਰਟੀ ਨੇ ਉੱਥੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਿ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਕਿ 2017 ਦੇ ਵਿੱਚ ਕੈਪਟਨ ਸਾਹਿਬ ਨੂੰ ਲਿਆਓ, ਕੈਪਟਨ ਸਾਹਿਬ ਦੇ ਹੱਥ ਮਜ਼ਬੂਤ ਕਰੋ, ਉਹਨਾਂ ਨੂੰ ਮੁੱਖ ਮੰਤਰੀ ਬਣਾਓ, ਤਾਂ ਜੋ ਜਿਹੜਾ ਪਿਛਲੇ 9.5 ਸਾਲ ਦੇ ਅਕਾਲੀ ਭਾਜਪਾ ਦੇ ਰਾਜ 'ਚ ਪੰਜਾਬ ਜਿਹੜਾ ਡਾਊਨ ਚਲਾ ਗਿਆ ਉਹ ਦੁਬਾਰਾ ਲੀਹ ਤੇ ਆ ਸਕੇ। ਇਹ ਬਟਾਲਾ ਯੂਥ ਕਾਂਗਰਸ ਦਾ ਪ੍ਰੋਗਰਾਮ ਹੈ, ਸਾਡੇ ਬਟਾਲਾ ਯੂਥ ਕਾਂਗਰਸ ਦੇ ਪ੍ਰਧਾਨ ਨੇ, ਸਾਰੀ ਬਾਡੀ ਨਾਲ ਹੈ, ਸਾਰੇ ਕਾਉਂਸਲਰ ਸਾਹਿਬਾਨ ਨਾਲ ਨੇ। ਅਸੀਂ ਸਾਰਿਆਂ ਨੂੰ ਸੱਦਾ ਦਿੱਤਾ, ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਹੈ, ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਹੈ, ਔਰ ਆਸ ਕਰਾਂਗਾ ਕਿ ਅਗਲੇ ਪ੍ਰੋਗਰਾਮ 'ਚ ਸਾਡੇ ਉਹ ਸ਼ਾਮਲ ਹੋਣ। ਨਹੀਂ, ਇਹ 'ਚ ਕੋਈ ਗੱਲ ਨਹੀਂ, ਪਾਰਟੀ ਜਿਹੜੀ ਹੈ ਬਿਲਕੁਲ ਯੂਨਾਈਟਿਡ ਹੈ ਇਸ ਮਸਲੇ 'ਤੇ। ਸੇਖੜੀ ਸਾਹਿਬ ਸਾਡੇ ਸੀਨੀਅਰ ਲੀਡਰ ਨੇ, ਔਰ ਦੇਖੋ ਉਹਨਾਂ ਨੂੰ ਰਾਹੁਲ ਗਾਂਧੀ ਜੀ ਨੇ ਜ਼ਿੰਮੇਵਾਰੀ ਦਿੱਤੀ ਦੀ, ਉਹ ਗੁਜਰਾਤ ਦੇ ਇੰਚਾਰਜ ਨੇ, ਰਾਜਸਥਾਨ ਦੇ ਇੰਚਾਰਜ ਨੇ, ਇਸ ਕਰਕੇ ਉੱਧਰ ਬਿਜ਼ੀ ਨੇ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਨਹੀਂ, ਉਹ ਦੇਖੋ ਜੀ, ਹਰ ਇੱਕ ਨੂੰ ਅਸੀਂ ਤੇ ਆਪਣਾ ਮੈਸੇਜ ਸਾਰਿਆਂ ਨੂੰ ਦਿੱਤਾ ਸੀ, ਓਪਨ ਅਖਬਾਰ 'ਚ ਵੀ ਆਇਆ ਸੀਗਾ, ਪੈਂਫਲੇਟ ਵੀ ਸਾਰੇ ਵੰਡੇ ਸੀ, ਸੋਸ਼ਲ ਮੀਡੀਆ ਦੇ ਥਰੂ ਵੀ ਗੱਲ ਕੀਤੀ ਹੈ, ਜਿਹੜੇ ਆਏ ਉਹਨਾਂ ਦਾ ਧੰਨਵਾਦ, ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ, ਅੱਗੋਂ ਕੋਸ਼ਿਸ਼ ਕਰਾਂਗੇ ਕਿ ਸਾਰੇ ਆਉਣ। ਚਾਹੇ ਕਾਂਗਰਸੀ ਲੀਡਰ ਲੋਕਾਂ ਦੇ ਵਿੱਚ ਆਪਣੀ ਪਾਰਟੀ ਦੇ ਹੱਕ 'ਚ ਆਵਾਜ਼ ਉਠਾਉਣ ਲਈ ਲਗਾਤਾਰ ਵੱਖੋ ਵੱਖਰੇ ਪ੍ਰੋਗਰਾਮ ਕਰ ਰਹੇ ਨੇ, ਪਰ ਪਾਰਟੀ ਨੇਤਾਵਾਂ ਦੀ ਗੁੱਟਬਾਜ਼ੀ ਇਹਨਾਂ ਸਮਾਗਮਾਂ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਜੇ ਇਹ ਗੁੱਟਬਾਜ਼ੀ ਦੂਰ ਨਾ ਹੋਈ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।